कोई कोई यादगार किस्सा तो दसो जरा जो तुम एक्टिंग करते हो वो कोई ऐसा प्रोजेक्ट जिद इतों पंजाब के अदाकार उतों के पंजाब के अदाकार मिल के कोई करते हो कोई मजाक या किस्सा कोई याद रह गया हमेशा इस तरह जो असं पहली फिल्म शुरू की मैं जी जिमीदारा का लड़का हड़ बिल्कुल पसंद नहीं करते करते कहते कंजरखाना छड़ दे जट्टों का मुंडा ते असी जी फिल्म की शूटिंग कर रहे थे फौजी की फैमिली फर्स्ट मूवी सी उहदे नाल मनीटर हुंदा और सानू किसी मनीटर का भी नहीं पता सी वी यार कादे वास्ते हुंदा देखण वास्ते हुंदा बाद च पता लग्या वी लीड लगदी है इहदे च असी फिल्म शूट कर ली एक्शन भी नहीं कहना हुंदा सी भज लो रिकॉर्ड कर लेंदे थे रिकॉर्ड करके सानू पता नहीं सी क्योंकि किसी नू कोई हां जी और असीं रिकॉर्ड करके जिहड़ी फैमिली 420 है ਉਹ ਪਹਿਲਾ ਰਿਕਾਰਡ ਕਰੀ ਹੋਈ ਹੈ ਅੱਛਾ ਔਰ ਰਿਕਾਰਡ ਕਰਕੇ ਉੱਪਰ ਦੇ ਲਿਪਸ ਮੂਵਮੈਂਟ ਦੇਣੀ ਦੇਖ ਲਓ ਕਿੰਨੀ ਔਖੀ ਹੈ ਹਾਂਜੀ ਇਹ ਤਾਂ ਸਾਰੇ ਕਰਦੇ ਨੇ ਮੇਰੇ ਖਿਆਲ ਹਾਂ ਯਾਨੀ ਕਿ ਬਾਅਦ ਚ ਡਬ ਹੁੰਦੀ ਹੈ ਜੀ ਡਬਿੰਗ ਬਾਅਦ ਚ ਡਬਿੰਗ ਹੁੰਦੀ ਅਸੀਂ ਪਹਿਲਾਂ ਡਬ ਕਰਕੇ ਉੱਪਰ ਦੀ ਫਿਰ ਤੋਂ ਕੀਤੀ ਹੈ ਹਾਂਜੀ ਪਹਿਲਾਂ ਡਬ ਕਰਕੇ ਕਿੰਜ ਐਕਟਿੰਗ ਪਹਿਲਾਂ ਡਬ ਕਰਕੇ ਡਾਇਲੋਗ ਉਹੀ ਮੂਡ ਬਣਾਉਣਾ ਸਟੂਡੀਓ ਦੇ ਵਿੱਚ ਉਹੀ ਉਹ ਤਾਂ ਬੜਾ ਔਖਾ ਹੋਣਾ ਬੜਾ ਔਖਾ ਬਹੁਤ ਮੁਸ਼ਕਲ ਹੁੰਦਾ ਬੜੀ ਕਿਤੇ ਕਿਤੇ ਲਿਪਸ ਮੂਵਮੈਂਟ ਦਾ ਤੁਹਾਨੂੰ ਫਰਕ ਲੱਗਦਾ ਹੋਣਾ ਕਿਉਂਕਿ ਟੈਕਨੀਕਲ ਪੱਖੋਂ ਅਸੀਂ ਪਹਿਲਾਂ ਵੇਖ ਸਾਨੂੰ ਕੋਈ ਨਹੀਂ ਫਰਕ ਲੱਗਾ ਤੁਸੀਂ ਅੱਜ ਦੱਸ ਛੜਿਆ ਹੋਣ ਲੱਗੇਗਾ ਤਕਰੀਬਨ ਉਦੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਪਹਿਲਾਂ ਬਾਅਦ ਚ ਡਬ ਹੁੰਦੀ ਹੈ ਫਿਲਮ ਹਾਂਜੀ ਕਿਉਂਕਿ ਵੀ ਇਸ ਤਰ੍ਹਾਂ ਦੇ ਸਾਡੇ ਬੜੇ ਕਿਸੇ ਨੇ ਗੁਰਜੀਤ ਸਾਹਿਬ ਕਿਹੜੇ ਕਿਹੜੇ ਸ਼ਹਿਰ ਫਿਰੇ ਹੋ ਹੁਣ ਤੱਕ ਪਾਕਿਸਤਾਨ ਦੇ ਤਕਰੀਬਨ ਸਾਰੇ ਬਿਲਕੁਲ ਸੇਮ ਟੂ ਸੇਮ ਵਾਈਬ ਸੇਮ ਟੂ ਸੇਮ ਚੰਡੀਗੜ੍ਹ ਥੋੜਾ ਜਿਹਾ ਜਨ ਕੇ ਫੈਸਲਾ ਇਸਲਾਮਾਬਾਦ ਵਰਗਾ ਅੱਛਾ ਅੱਛਾ ਇਸਲਾਮਾਬਾਦ ਵਰਗੇ ਬਾਅਦ ਇਸਲਾਮਾਬਾਦ ਵੇਖਿਆ ਤੁਸੀਂ ਇਸਲਾਮ ਪਹਿਲਾਂ ਵੇਖਿਆ ਸੀ ਹੁਣ ਨਹੀਂ ਗਿਆ ਅੱਛਾ ਅੱਛਾ ਉਹ ਸੇਮ ਹੀ ਹੈ ਉਸ ਤਰ੍ਹਾਂ ਹੀ ਹੈ ਪਹਾੜਾਂ ਦੇ ਨੇੜੇ ਹੈ ਜੀ ਚੰਡੀਗੜ੍ਹ ਦੇ ਨੇੜੇ ਤੇ ਗੁਰਜੀਤ ਸਾਹਿਬ ਜਦੋਂ ਇੱਥੋਂ ਵਾਪਸ ਜਾਂਦੇ ਹੋ ਆਪਣੇ ਪੰਜਾਬ ਵਾਲੀ ਸਾਈਡ ਤੇ ਤੇ ਘਰਦਿਆਂ ਦੀ ਕੋਈ ਡਿਮਾਂਡ ਆਉਂਦੀ ਹੈ ਕਿ ਪਾਕਿਸਤਾਨ ਚੱਲੇ ਲਾਹੌਰ ਚੱਲੇ ਹੋ ਤੇ ਐਸ਼ ਹੈ ਲੈ ਕੇ ਚੁੰਨੀਆਂ ਸੂਟ ਆਹੀ ਹੁੰਦੀਆਂ ਨੇ ਹੋਰ ਅੱਛਾ ਇੱਥੋਂ ਦੇ ਸੂਟ ਤੇ ਉੱਥੋਂ ਦੇ ਵੱਖਰੇ ਨੇ ਹਾਂਜੀ ਉਰੇ ਰਿਵਾਜ ਹੈ ਜਿਹੜਾ ਇੱਥੇ ਬਹੁਤ ਵਧੀਆ ਹੈ ਤੁਹਾਡੇ ਉੱਥੋਂ ਬੜੇ ਸੋਹਣੇ ਲੱਗਦੇ ਨੇ ਮੈਨੂੰ ਕੱਪੜੇ ਜਿਹੜੇ ਉਹਨਾਂ ਨੇ ਖੁੱਲੀਆਂ ਖੁੱਲੀਆਂ ਸ਼ਲਵਾਰਾਂ ਪਾਈਆਂ ਨੇ ਕੁੜੀਆਂ ਨੇ ਤੇ ਸ਼ਾਰਟ ਸ਼ਰਟਾਂ ਪਾਈਆਂ ਹੁੰਦੀਆਂ ਨੇ ਉਹ ਬਹੁਤ ਸੋਹਣੇ ਲੱਗਦੇ ਆ ਪਰ ਸਾਨੂੰ ਇੱਧਰ ਦੇ ਉਹੀ ਉਹੀ ਗੱਲ ਹੈ ਨਾ ਦੂਰ ਦੇ ਫੁੱਲ ਸੁਹਾਵਣੇ ਹੁੰਦੇ ਆ ਮੈਂ ਗੁਰਜੀਤ ਸਾਹਿਬ ਤੁਸੀਂ ਦੱਸਣਾ ਸੀ ਅਸੀਂ ਕੱਪੜੇ ਮੰਗਵਾ ਕੇ ਰੱਖ ਦੇ ਐਤਕੀ ਜਦੋਂ ਤੁਸੀਂ ਵਾਪਸ ਜਾਣਾ ਨਾ ਤੇ ਤੁਹਾਡੇ ਲਈ ਅਸੀਂ ਇਹ ਮਨਪਸੰਦ ਮੰਗਾਈ ਨਨਕਾਣੇ ਦੀ ਬੜੀ ਖਾਸ ਸੁਗਾਤ ਹਾਂਜੀ ਇਹ ਜਿਹੜਾ ਪੈਕ ਹੋਇਆ ਹੈ ਨਾ ਡੱਬਾ ਇਸ ਤੋਂ ਲਾਲ ਜੀ ਜੀ ਤੇ ਇਹ ਮਨਪਸੰਦ ਹੈ ਜੀ ਨਨਕਾਣੇ ਦੀ ਬੜੀ ਖਾਸ ਸੁਗਾਤ ਹੈ ਤੁਸੀਂ ਆਪਣੇ ਨਾਲ ਲੈ ਕੇ ਜਾਣੀ ਹੈ ਉਹਨਾਂ ਨੂੰ ਵੀ ਸ਼ੇਅਰ ਕਰਨੀ ਹੈ ਉੱਥੇ ਦਾ ਤਾਂ ਕੁਝ ਵੀ ਹੈ ਜੇ ਨਨਕਾਣੇ ਦਾ ਤਾਂ ਸਾਡੇ ਵਾਸਤੇ ਬਹੁਤ ਹੁੰਦੀ ਹੈ ਨਹੀਂ ਨਹੀਂ ਬਿਲਕੁਲ ਹੈ ਸਾਰੇ ਆਪਣੇ ਕਜ਼ਨਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਇਹ ਖਵਾਣਾ ਤੁਸੀਂ ਬੜੀ ਬਿਹਤਰੀਨ ਤੁਹਾਨੂੰ ਰੱਖਣਾ ਹੈ ਕਿ ਇਹ ਸ਼ਹਿਰਬਾਨੋ ਤੇ ਅਜ਼ੀਮ ਦੀ ਤਰਫੋਂ ਤੁਹਾਨੂੰ ਹੈ ਵਾਹ ਜੀ ਵਾਹ ਜ਼ਰੂਰ 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 ਉੱਥੇ 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 ਗਲੀ 'ਚ ਵੰਡਣ ਵਾਲਾ ਰਿਵਾਜ ਹੈ ਜਿਵੇਂ ਹੈਗਾ ਜੀ ਪ੍ਰਾਂਤਾਂ 'ਚ ਪਾ ਕੇ ਲੱਡੂ ਵੰਡਦੀਆਂ ਨੇ ਸੇਮ ਰਿਵਾਜ ਨੇ ਜੀ ਆਵਾਜ਼ ਲਾਉਂਦੇ ਵਾਲੋ ਕੁੜੀਓ ਚੀਜ਼ ਵੱਡੀ ਦੀ ਲੈ ਲਓ ਹਾਂ 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 ਤੇ ਅੱਜ ਵੀ ਗੀਤ ਦੋਹੇ ਲੱਗਦੇ ਨੇ ਜਿਸ ਤਰ੍ਹਾਂ ਉਹਨੂੰ ਦੋਹੇ ਕਹਿੰਦੇ ਨੇ ਗੀਤ ਹੁੰਦੇ ਨੇ ਵਿਆਹ ਤੋਂ ਪਹਿਲਾਂ ਗਾਉਂਦੇ ਸਿੱਛਣੀਆਂ ਜਨ ਬੰਨਣ ਦਾ ਵੀ ਮਾੜਾ ਮੋਟਾ ਹਜੇ ਰਿਵਾਜ਼ ਹੈਗਾ ਜੀ ਪਰ ਅਸੀਂ ਫਿਲਮਾਂ ਦੇ ਵਿੱਚ ਨਾ ਜਿਹੜਾ ਸਾਡੀਆਂ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਅੜਬ ਪਰਾਉਣਾ ਢੀਠ ਜਮਾਈ ਮੈਂ ਪੁਰਾਣਾ ਕਲਚਰ ਬਹੁਤ ਵਿਖਾਉਣਾ ਪੁਰਾਣੀ ਪੁਰਾਣਾ ਸਾਡਾ ਸੈੱਟ ਲਾਇਆ ਹੋਇਆ ਕਿ ਉੱਥੇ ਜਦੋਂ ਅਸੀਂ ਸ਼ੂਟਿੰਗ ਕਰਦੇ ਹਾਂ ਸਾਨੂੰ ਉਹੀ ਖੁਸ਼ਬੂ ਆਉਂਦੀ ਹੈ ਮਿੱਟੀ ਦੀ ਜਿਹੜੀ ਮੀਂਹ ਪੈ ਤੋਂ ਬਾਅਦ ਆਉਂਦੀ ਹੈ ਸਾਡੀ ਜਿਹੜੀ ਸੁਣੋ ਦੀ ਮੈਨੇਜਮੈਂਟ ਹੈ ਨਾ ਇਹ ਵੀ ਪੁਰਾਣੇ ਕਲਚਰ ਨੂੰ ਬੜਾ ਪ੍ਰੈਫਰ ਕਰਦੇ ਨੇ ਬੜਾ ਪਸੰਦ ਕਰਦੇ ਨੇ ਨਾ ਬਕਾਇਦਾ ਆਪਣੇ ਦੋ ਤਿੰਨ ਐਸੇ ਫਾਰਮ ਹਾਊਸ ਤਿਆਰ ਕੀਤੇ ਨੇ ਜਿਹੜੇ ਬਿਲਕੁਲ ਪੁਰਾਣੇ ਕਲਚਰ ਦੇ ਨਾਲ ਅਸੀਂ ਵੀ ਤਿਆਰ ਕੀਤਾ ਇਸ ਤਰ੍ਹਾਂ ਪੁਰਾਣੀ ਹਵੇਲੀ ਤਿਆਰ ਕੀਤੀ ਹੈ ਜੀ ਬੜੀ ਸਾਨੂੰ ਬੜਾ ਲੋਕ ਪਸੰਦ ਕਰਦੇ ਨੇ ਚੀਜ਼ਾਂ ਨੂੰ ਜਿਹੜੀਆਂ ਗੁਆਚ ਗਈਆਂ ਨਾ ਜਿਹੜੀਆਂ ਚੀਜ਼ਾਂ ਸਾਤੋਂ ਇਹ ਤਾਂ ਸਾਡੀ ਬੁਨਿਆਦ ਦੇ ਵਿੱਚ ਹੈ ਸਾਡੀ ਰੂਹ ਦੇ ਵਿੱਚ ਇਹ ਬੜਾ ਜ਼ਰੂਰੀ ਵੀ ਆਪਣੇ ਕਲਚਰ ਨਾਲ ਜੁੜੇ ਰਹਿਣਾ ਬੰਦੇ ਰਹਿਣਾ ਇਹਦੇ ਨਾਲ ਬੜਾ ਜ਼ਰੂਰੀ ਹੈ ਔਰ ਜਦੋਂ ਅਸੀਂ ਪੰਜਾਬੀ ਫਿਲਮਾਂ ਵੇਖਦੇ ਹਾਂ ਨਾ ਆਪਣੀ ਜ਼ਬਾਨ ਨਾਲ ਮੁਹੱਬਤ ਰੱਖਣਾ ਹਾਂ ਬਿਲਕੁਲ ਆਪ ਕਹੀਂ ਵੀ ਹੋ ਵਕਤ ਕੋਈ ਵੀ ਹੋ ਬਾਖਬਰ ਰਹੀਏ ਦੁਨੀਆ ਕੇ ਹਾਲਾਤ ਔਰ ਵਾਕਿਆਤ ਸੇ ਅਭੀ ਸਬਸਕ੍ਰਾਈਬ ਕੀਜੀਏ ਸੁਨੋ ਨਿਊਜ਼ ਕੇ ਯੂਟਿਊਬ ਚੈਨਲ ਕੋ ਔਰ ਕਲਿੱਕ ਕਰੇ ਬੈਲ ਆਈਕਨ ਕੋ ਤਾਂ ਕਿ ਆਪ ਹਮੇਸ਼ਾ ਬਾਖਬਰ ਰਹਿ ਸਕੇ